ਭਾਰਤ ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਹੋ ਗਏ ਨੇ ਅਤੇ ਇਸ ਵਾਰ 2024 ਨੂੰ ਅਸੀਂ 15 ਅਗਸਤ ਨੂੰ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਔਰ ਬਹੁਤ ਸਾਰੇ ਜਸ਼ਨ ਮਨਾਏ ਜਾ ਰਹੇ ਨੇ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਔਰ ਅਸੀਂ ਖੁੱਲ੍ਹੀ ਹਵਾ ਵਿੱਚ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਮੇਰੇ ਨਾਲ ਮੈਡਮ ਸਵਰਾਜ ਗਰੋਵਰ ਨੇ ਜਿਹੜੇ ਕਿ ਅੱਜ ਬੱਚਿਆਂ ਦੇ ਕਾਰਜਕ੍ਰਮ ਵਿੱਚ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਮੈਮ ਕਿਹੜਾ ਪ੍ਰੋਗਰਾਮ ਇੱਥੇ ਅੱਜ ਆਯੋਜਿਤ ਕੀਤਾ ਜਾ ਰਿਹਾ ਅੱਜ ਗਲੋਬਲ ਇੰਸਟੀਚਿਊਟ ਖੱਤਰੀ ਸਭਾ ਮਹਿਲਾ ਮੰਡਲ ਜਨ ਕਲਿਆਣ ਸੰਗਠਨ ਖੱਤਰੀ ਸਭਾ ਔਰ ਇਨਰ ਵੀਲ ਕੀ ਔਰ ਸੇ ਸਵਾਧੀਨਤਾ ਦਿਵਸ ਪਰ ਸ਼ਹੀਦੋਂ ਕੋ ਸ਼ਤ ਸ਼ਤ ਨਮਨ ਕਾਰਜਕ੍ਰਮ ਜੋ ਹੈ ਵੋ ਪ੍ਰਸਤੁਤ ਕੀਆ ਜਾ ਰਹਾ ਹੈ ਕਿਉਂਕਿ ਆਜ ਕਾ ਦਿਨ ਜੋ ਹੈ ਵੋ ਸ਼ਹੀਦੋਂ ਕਾ ਦਿਨ ਹੈ ਔਰ ਆਜ ਕੇ ਇਸ ਸਵਾਧੀਨਤਾ ਪਰਵ ਪਰ ਮੈਂ ਸਭੀ ਸਮਸਤ ਦੇਸ਼ ਵਾਸੀਓਂ ਕੋ ਹਾਰਦਿਕ ਵਧਾਈ ਦੇਤੀ ਹੂੰ ਔਰ ਮੰਗਲ ਕਾਮਨਾਏ ਪ੍ਰੇਸ਼ਿਤ ਕਰਤੀ ਹੂੰ ਔਰ ਨਾ ਕੇਵਲ ਇਹ ਸਵਾਧੀਨਤਾ ਦਿਵਸ ਬਲਕਿ ਆਨੇ ਵਾਲਾ ਹਰ ਦਿਵਸ ਆਪ ਸਭ ਕੇ ਲੀਏ ਖੁਸ਼ੀਓਂ ਕੀ ਭਰਮਾਰ ਸੁੱਖੋਂ ਕੇ ਭੰਡਾਰ ਤਥਾ ਸਫਲਤਾਓਂ ਕੇ ਪੈਗਾਮ ਲੈ ਕੇ ਆਏ ਨੌਜਵਾਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਨੌਜਵਾਨੀ ਜਿਹੜੀ ਹੈ ਕਦੀ ਵਿਦੇਸ਼ ਵੱਲ ਭੱਜ ਰਹੀ ਹੈ ਔਰ ਕੁਛ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਨਸ਼ੇ ਵਿੱਚ ਗਲਤਾਨ ਹੋਏ ਆਪ ਬਿਲਕੁਲ ਠੀਕ ਕਹਿ ਰਹੇ ਹੈ ਕਿਉਂਕਿ ਇਸ ਸਮੇਂ ਯੁਵਾ ਜੋ ਹੈ ਇਹ ਹਮਾਰੀ ਤਕਦੀਰ ਵੀ ਹੈ ਤਸਵੀਰ ਵੀ ਹੈ ਇਨਕੇ ਕੰਧੋਂ ਪਰ ਜੋ ਹੈ ਵੋ ਹਮਾਰਾ ਦੇਸ਼ ਟਿਕਨੇ ਵਾਲਾ ਹੈ ਔਰ ਇਹ ਹਮਾਰਾ ਗੌਰਵ ਵੀ ਹੈ ਗਰਿਮਾ ਵੀ ਹੈ ਔਰ ਬੜੀ ਦੁੱਖ ਕੀ ਬਾਤ ਹੈ ਕਿ ਆਜ਼ਾਦ ਦੇਸ਼ ਮੇ ਹਮਾਰੇ ਜੋ ਬੱਚੇ ਹੈ ਹਮਾਰਾ ਯੁਵਾ ਵਰਗ ਜੋ ਹੈ ਵੋ ਨਸ਼ੇ ਕਾ ਗੁਲਾਮ ਹੋ ਚੁਕਾ ਹੈ ਵੋ ਬਾਹਰ ਜਾਣਾ ਚਾਹਤਾ ਹੈ ਜਬਕਿ ਹਮਾਰੇ ਜੋ ਦੇਸ਼ ਭਗਤ ਥੇ ਉਨ੍ਹੋਂਨੇ ਆਪਣੀ ਕੁਰਬਾਨੀਆਂ ਦੀ ਹਮੇ ਦੇਸ਼ ਹਮੇ ਆਜ਼ਾਦ ਕਰਨੇ ਕੇ ਲੀਏ ਔਰ ਹਮਾਰੇ ਇਨ ਬੱਚੋਂ ਕੇ ਮਨ ਮੇ ਯੇ ਬਾਤ ਹੋਣੀ ਚਾਹੀਏ ਕਿ ਮੈਂ ਇਸ ਭਾਰਤ ਕਾ ਪ੍ਰਤੀਨਿਧੀ ਹੂੰ ਮੁਝੇ ਇਸ ਮਾਟੀ ਕੇ ਲੀਏ ਮੁਝੇ ਇਸ ਧਰਤੀ ਕੇ ਲੀਏ ਮਰਨਾ ਹੈ ਇਸੀ ਕੇ ਲੀਏ ਜੀਣਾ ਹੈ ਔਰ ਰਾਸ਼ਟਰ ਧਰਮ ਸਭਸੇ ਬੜਾ ਧਰਮ ਹੈ ਰਾਸ਼ਟਰ ਪ੍ਰੇਮ ਸਭਸੇ ਬੜਾ ਪ੍ਰੇਮ ਹੈ ਇਸ ਬਾਤ ਕੀ ਜੋ ਸੰਸਕਾਰ ਹੈ ਵੋ ਉਨਕੇ ਮਾਤਾ ਕੋ ਪਿਤਾ ਕੋ ਗੁਰੂਜਨ ਕੋ ਜੋ ਹੈ ਵੋ ਦੇਣਾ ਅਵਸ਼ਕ ਹੈ ਤਭੀ ਵੋ ਹਮਾਰਾ ਯੁਵਾ ਵਰਗ ਜੋ ਹੈ ਵੋ ਹਮਾਰੇ ਸ਼ਹੀਦੋਂ ਕੇ ਸਪਨੋ ਕੋ ਸਾਕਾਰ ਕਰਕੇ ਇਸ ਦੇਸ਼ ਕੋ ਅਪਰਾਧ ਮੁਕਤ ਬਣਾ ਸਕਤਾ ਹੈ ਇਹ ਸਮਾਜੀਓਂ ਕੇ ਕੁਰੀਤੀਓਂ ਸੇ ਮੁਕਤ ਬਣਾ ਸਕਤਾ ਹੈ ਨਸ਼ੇ ਸੇ ਮੁਕਤ ਬਣਾ ਸਕਤਾ ਹੈ ਰਿਸ਼ਵਤਖੋਰੀ ਸੇ ਜੋ ਹੈ ਵੋ ਮੁਕਤ ਕਰ ਸਕਤਾ ਹੈ ਔਰ ਇਸ ਹਮ ਦੁਬਾਰਾ ਜੋ ਹੈ ਇੱਕ ਰਾਮ ਰਾਜ ਯਹਾਂ ਪਰ ਲਾ ਸਕਤੇ ਹੈ ਇੱਕ ਸੋਚ ਹੁੰਦੀ ਹੈ ਸਾਨੂੰ ਦੇਸ਼ ਨੇ ਕੀ ਦਿੱਤਾ ਜਦਕਿ ਸੋਚ ਹੋਣੀ ਚਾਹੀਦੀ ਅਸੀਂ ਦੇਸ਼ ਨੂੰ ਕੀ ਦੇ ਰਹੇ ਬਹੁਤ ਅੱਛਾ ਬਹੁਤ ਬਿਲਕੁਲ ਆਪ ਠੀਕ ਕਹਿ ਰਹੇ ਹੈ ਕਿ ਹਮਾਰੇ ਦੇਸ਼ ਕੇ ਪ੍ਰਤੀ ਬਹੁਤ ਬੜਾ ਰਿਣ ਹੈ ਸਭਸੇ ਪਹਿਲੇ ਤੋ ਮੈਂ ਕਹੂੰਗੀ ਕਿ ਹਮੇ ਮਾਨਵ ਜਨਮ ਦਿਆ ਈਸ਼ਵਰ ਕੇ ਪ੍ਰਤੀ ਤੋ ਰਿਣ ਹੈ ਹੀ ਔਰ ਉਸਕੇ ਬਾਅਦ ਜੋ ਸਭਸੇ ਬੜਾ ਰਿਣ ਹੈ ਵੋ ਇਸ ਭਾਰਤ ਦੇਸ਼ ਪਰ ਹੈ ਜਿਸਨੇ ਹਮੇ ਸਾਧੂ ਦੀਏ ਸੰਤ ਦੀਏ ਸਮਾਜ ਸੇਵੀ ਦੀਏ ਔਰ ਬੜੇ ਬੜੇ ਦੇਸ਼ ਭਗਤ ਦੀਏ ਜਿਨਕੇ ਕਾਰਨ ਜੋ ਹੈ ਵੋ ਆਜ ਹਮ ਆਜ਼ਾਦ ਸਾਂਸ ਲੈ ਪਾ ਰਹੇ ਹੈ ਤੋ ਹਮਾਰੇ ਮਨ ਮੇ ਯਹੀ ਹੋ ਸਕਤਾ ਹੋਣਾ ਚਾਹੀਏ ਕਿ ਔਰ ਯੁਵਾ ਵਰਗ ਮੇ ਵੀ ਔਰ ਆਗਾਮੀ ਸੰਤਤੀ ਮੇ ਵੀ ਕਿ ਹਮਾਰਾ ਦੇਸ਼ ਜੋ ਹੈ ਵੋ ਹਮਾਰੇ ਲੀਏ ਸਭ ਕੁਛ ਹੈ ਔਰ ਇਸ ਦੇਸ਼ ਕੀ ਤਰੱਕੀ ਕੇ ਲੀਏ ਹੀ ਜੋ ਹੈ ਵੋ ਹਮਨੇ ਜੀਣਾ ਹੈ ਔਰ ਇਸੀ ਕੇ ਲੀਏ ਮਰਨਾ ਹੈ ਔਰ ਇਸ ਮੇ ਜਿਤਨੀ ਵੀ ਕੁਰੀਤੀਆਂ ਆ ਚੁੱਕੀ ਹੈ ਜਿਤਨੀ ਵੀ ਜੋ ਹੈ ਦੁਰਭਾਵਨਾਏ ਆ ਚੁੱਕੀ ਹੈ ਉਨਕੋ ਹਮਨੇ ਦੂਰ ਕਰਕੇ ਔਰ ਇਸਕੋ ਜੋ ਹੈ ਕਿ ਆਦਰਸ਼ ਔਰ ਇੱਕ ਸਸ਼ਕਤ ਔਰ ਦ੍ਰਿੜ ਜੋ ਹੈ ਵੋ ਦੇਸ਼
देश बनाना है ताकि कोई इसके ऊपर जो है वो नज़र ना अपनी डाल सके। और मेन जो बात है वो आतंकवाद की है। हम देखते हैं कि आतंकवाद जो है वो बड़ा हैवी है और आतंकवाद जो है वो हमारी इस देश की जड़ों को हिला रहा है, उसको विषैला कर रहा है। और ये भी हो सकता है कि कल को कोई दूसरे देश आकर के हमारे ऊपर जो है वो फिर दोबारा इसको गुलाम बना लें, क्योंकि मुट्ठी भर अंग्रेज थे जो हमारे करोड़ों भारतीयों के ऊपर 200 वर्ष तक राज करते रहे। हम जात पात आदि में, प्रांतीयता में, भाषा में बटे थे और आज भी वही स्थिति है, आज भी जो है वो हम बटे हुए हैं। तो आज ज़रूरत है कि हम एकजुट हो जाए, हम एकता के सूत्र में बंधे, हम प्रेम के सूत्र में बंधे, तभी जो है वो हम इस देश को आगे बढ़ा सकते हैं। हाँ जी, अभी जो है वो बहुत सारे हमारे पास कॉलेज भी आए हैं, स्कूल भी आए हैं और देशभक्ति से संबंधित जो है ये भांगड़ा करेंगे, गिद्दा करेंगे और डांस भी होंगे इनके। और छोटे छोटे बच्चे ग्लोबल के हैं, वो फैंसी ड्रेस प्रतियोगिता कर रहे हैं। कोई भगत सिंह बनेगा, कोई राजगुरु बनेगा, कोई महात्मा गांधी, कोई सरदार पटेल। तो एक बड़ा अच्छा जो है वो मैसेज इन बच्चों के माध्यम से जाना चाहिए। सिडाना इंस्टीट्यूट भी आए हुए हैं, होली हार्ट भी आया हुआ है और हमारे शहजादानंद कॉलेज भी है और भी बहुत सारे हैं संस्थाएं आई हैं और सभी हमें कोऑपरेट कर रही हैं। और मेन जो है वो अरुण खन्ना जी जो कि ग्लोबल इंस्टीट्यूट के अध्यक्ष हैं, संस्थापक हैं, उन्होंने इस कार्यक्रम में लीड ली है तो हम उनके साथ हैं। तो एक बड़ा अच्छा जो है वो मैसेज वो देना चाहते हैं। हम सब भी जो हैं, आप सब भी जो हैं, वो हमारे बहुत सहयोगी हैं और आपका भी हम धन्यवाद करते हैं। सबका डिप्टी सीएम पंजाब ओम प्रकाश सोनी मुख्य मेहमान ने इस कार्यक्रम दे गलबात कर ले। सोनी साहब, आज का जो प्रोग्राम मनाया जा रहा है, आज ग्लोबल इंस्टीट्यूट वालों, क्योंकि खन्ना जी जो पैटर्न ने इस इंस्टीट्यूट के, उन्होंने अज 14 तरीक नूं जिहड़ा है, क्योंकि 15 तरीक नूं देश याद होया सी, अज आजादी का दिहाड़ा इन्हां इत्थे मना रहे ने। सो ਸਾਡਾ ਦੇਸ਼ 15 ਅਗਸਤ 1947 ਨੂੰ ਸਾਨੂੰ ਇੱਕ ਕੀਮਤੀ ਆਜ਼ਾਦੀ ਹਾਸਲ ਹੋਈ ਸੀ। ਇਸ ਆਜ਼ਾਦੀ ਲਈ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਨ੍ਹਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਦੇਸ਼ ਨੂੰ ਯਾਦ ਕਰਾਇਆ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ, ਪਰ ਜਵਾਹਰ ਲਾਲ ਨਹਿਰੂ ਜੀ, ਸਰਦਾਰ ਪਟੇਲ ਜੀ, ਉਹਨਾਂ ਦੇ ਹੋਰ ਸਾਥੀਆਂ ਨੇ ਜੇਲ੍ਹਾਂ 'ਚ ਗਏ, ਸੱਤਿਆਗ੍ਰਹਿ ਕੀਤੇ। ਇੰਨੀਆਂ ਮੁਸ਼ਕਲਾਂ ਨਾਲ ਇਹ ਆਜ਼ਾਦੀ ਜਿਹੜੀ ਆ ਸਾਨੂੰ ਹਾਸਲ ਹੋਈ। ਅੱਜ ਸਾਡਾ ਫਰਜ਼ ਬਣਦਾ ਇਸ ਕੀਮਤੀ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ। ਸੋ ਸਾਨੂੰ ਫਖਰ ਹੈ, ਸਾਡਾ ਦੇਸ਼ ਜਿਹੜਾ ਸਾਰੇ ਵਰਲਡ ਦਾ ਸਭ ਤੋਂ ਵੱਡਾ ਲੋਕਤੰਤਰ ਰਾਜ ਹੈ। ਸੋ ਇਸ ਨੂੰ ਸੰਭਾਲ ਕੇ ਰੱਖਣਾ, ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸੋ ਮੈਨੂੰ ਅੱਜ ਖੁਸ਼ੀ ਹੈ ਖੰਨਾ ਜੀ ਨੇ ਅੱਜ ਇਹ ਫੰਕਸ਼ਨ ਰੱਖਿਆ। ਸੋ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਹੈ। ਸੋ ਯੋਗਦਾਨ ਤਾਂ ਸਾਰਿਆਂ ਦਾ, ਪਰ ਜਿੰਨਾ ਯੋਗਦਾਨ ਸਾਡੇ ਪੰਜਾਬ ਦਾ, ਜਿੰਨੀਆਂ ਕੁਰਬਾਨੀਆਂ ਸਾਡੇ ਪੰਜਾਬ ਦੀਆਂ ਹੈ, ਖਾਸ ਕਰਕੇ ਸਾਡਾ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ, ਇੱਥੇ ਜਲ੍ਹਿਆਂਵਾਲੇ ਬਾਗ ਦੀ ਪਵਿੱਤਰ ਧਰਤੀ, ਜਿਸ ਧਰਤੀ ਦਾ ਬੜਾ ਵੱਡਾ ਯੋਗਦਾਨ ਹੈ, ਜਿੱਥੇ 73 ਸ਼ਹਿਰੀਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ ਉਸ ਵੇਲੇ ਅੰਗਰੇਜ਼ ਸਰਕਾਰ ਵੱਲੋਂ।
ਸੋ ਬੜਾ ਵੱਡਾ ਯੋਗਦਾਨ ਹੈ ਅੰਮ੍ਰਿਤਸਰ ਦਾ, ਪੰਜਾਬ ਦਾ। ਜਿੰਨੀਆਂ ਕੁਰਬਾਨੀਆਂ ਨੇ, ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਨੇ, ਸੋ ਸਾਨੂੰ ਅੱਜ ਪ੍ਰਣਾਮ, ਸਾਡਾ ਸਿਰ ਝੁਕਦਾ, ਅਸੀਂ ਪ੍ਰਣਾਮ ਕਰਦੇ ਹਾਂ ਆਪਣੇ ਸ਼ਹੀਦਾਂ ਨੂੰ, ਨਾਲ ਹੀ ਅੱਜ ਦੇ ਮੈਂ ਦਿਹਾੜੇ 'ਤੇ, ਕਿਉਂਕਿ ਦਿਹਾੜਾ ਤਾਂ ਕੱਲ੍ਹ ਆ, ਦਿਨ 'ਤੇ ਕੱਲ੍ਹ ਮਨਾਉਣਾ ਸੀ 15 ਅਗਸਤ ਨੂੰ, ਪਰ ਖੰਨਾ ਜੀ ਨੇ ਅੱਜ ਫੰਕਸ਼ਨ ਰੱਖਿਆ, ਸੋ ਅੱਜ ਮੈਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਹੈ ਜਿਨ੍ਹਾਂ ਦੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ, ਸੋ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ। ਜੈ ਹਿੰਦ। ਧੰਨਵਾਦ। ਜੈਸਾ ਸਭ ਨੂੰ ਗਿਆਤ ਹੈ ਕਿ ਅੱਜ ਅਸੀਂ 14 ਅਗਸਤ ਨੂੰ 15 ਅਗਸਤ ਇੱਕ ਦਿਨ ਐਡਵਾਂਸ ਮਨਾ ਰਹੇ ਹਾਂ, ਔਰ ਗਲੋਬਲ ਇੰਸਟੀਚਿਊਟ ਦੇ ਅੰਦਰ ਖੰਨਾ ਜੀ ਨੇ ਇਹ ਕਾਰਜਕ੍ਰਮ ਰੱਖਿਆ। ਮੈਂ ਇੱਕੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਜਦੋਂ ਵੀ ਕੋਈ ਸਾਨੂੰ ਅਧਿਕਾਰ ਮਿਲਦਾ ਹੈ ਤਾਂ ਉਹਦੇ ਨਾਲ ਸਾਡੇ ਕਰਤੱਵ ਵੀ ਨੇ। ਜਦੋਂ ਸਾਨੂੰ ਆਜ਼ਾਦੀ ਮਿਲੀ, ਆਜ਼ਾਦੀ ਤਾਂ ਸਾਡੀ ਸ਼ਹੀਦਾਂ ਨੇ ਦਵਾ ਦਿੱਤੀ, ਲੇਕਿਨ ਉਸ ਤੋਂ ਬਾਅਦ ਕਿਆ ਅਸੀਂ ਆਪਣੇ ਕਰਤੱਵ ਪੂਰੇ ਕਰ ਰਹੇ ਹਾਂ? ਅੱਜ ਦੇ ਦਿਨ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਮੈਂ ਜੋ ਵੀ ਸੋਚਾਂ, ਜੋ ਵੀ ਕਰਾਂ, ਕਿ ਉਹਨੂੰ ਮੈਂ ਫਿਲਟਰ ਕਰ ਲਾਂ ਕਿ ਕਿਆ ਇਹ ਸੋਚ ਮੇਰੀ ਆਪਣੇ ਦੇਸ਼ ਵਾਸਤੇ ਠੀਕ ਹੈ। ਅਗਰ ਹਰੇਕ ਭਾਰਤ ਵਾਸੀ ਇਹ ਸੋਚ ਲਵੇ ਕਿ ਮੈਂ ਜੋ ਵੀ ਕਰਾਂਗਾ ਆਪਣੇ ਦੇਸ਼ ਦੇ ਮੁੱਖ ਰੱਖ ਕੇ ਕਰਾਂਗਾ, ਤਾਂ ਸਾਡਾ ਦੇਸ਼ ਹੋਰ ਤਰੱਕੀਆਂ ਕਰੇਗਾ। ਅੱਜ ਦੇ ਦਿਹਾੜੇ ਦੀ ਸਭ ਨੂੰ ਬਹੁਤ ਬਹੁਤ ਵਧਾਈ। ਆਦਰਣੀ ਓਪੀ ਸੋਨੀ ਜੀ ਦਾ ਧੰਨਵਾਦ ਕਰਨਾ, ਮੈਂ ਆਪਣੇ ਵੀਰ ਜਿਹੜੇ ਸਾਡੇ ਆਉਣ ਵਾਲੇ ਰੋਟਰੀ ਗਵਰਨਰ ਹੈ ਉਹਨਾਂ ਦਾ ਧੰਨਵਾਦ ਕਰਨਾ, ਮੈਡਮ ਹੈੱਡ ਆਫ ਡਿਪਾਰਟਮੈਂਟ ਜਿਹੜੇ ਹੈਗੇ ਆ ਡਾਕਟਰ ਮਨਮੀਤ ਸੋਢੀ ਉਹਨਾਂ ਦਾ, ਔਰ ਜਿਹੜੀਆਂ ਹੋਰ ਡਾਕਟਰ ABM ਅੰਬੈਡਕਰ ਜਿਹੜਾ ਕਿ ਸੰਸਥਾ ਹੈਗੀ ਹੈ, ਮੈਨੂੰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ, ਔਰ ਸਾਰੇ ਸਕੂਲ ਜਿਹੜੇ ਆਏ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਉਹ ਅੱਜ ਦੇ ਖੁਸ਼ੀ ਦੇ ਦਿਹਾੜੇ ਦੇ ਉੱਤੇ ਉਹ ਆ ਕੇ ਆਪਣੀ ਆਪਣੀ ਕਲਾ ਦੱਸਾਂਗੇ। ਔਰ ਗਲੋਬਲ ਇੰਸਟੀਚਿਊਟ ਜਿਹੜਾ ਕਿ ਨੌਰਦਰਨ ਇੰਡੀਆ ਦਾ ਇੱਕ ਇੰਸਟੀਚਿਊਟ ਹੈ, ਉਹਨੇ ਇੱਕ ਹੋਰ ਨਵਾਂ ਕੰਮ ਕੀਤਾ ਜਿਹੜਾ ਇੰਡੀਆ ਦਾ ਪਹਿਲਾ ਇੰਸਟੀਚਿਊਟ ਖੋਲ੍ਹ ਦਿੱਤਾ ਪੜ੍ਹਾਈ ਵਾਸਤੇ। ਔਰ ਸ਼੍ਰੀ ਸੋਨੀ ਜੀ, ਤੁਸੀਂ ਉਹ ਬੈਨਰ ਦੇਖੋ, ਸਾਰੇ ਇੰਡੀਆ ਦੀ ਲੋਟਰੀ ਜਿਹੜੀ ਜੁੜੀ ਹੋਈ ਹੈ, ਅੱਜ 301107 ਅੱਜ ਸਿਗਨਲ ਜੀ ਇਹ ਬੰਬੇ ਗਸੇ ਨੇ, ਮੇਰੀ ਛੋਟੀ ਰਿਕੁਐਸਟ ਲਾਸਟ ਮੂਮੈਂਟ 'ਤੇ ਆ ਗਏ। ਮੈਂ ਸਭ ਦਾ ਧੰਨਵਾਦ ਕਰਦਾ ਹੋਇਆ, ਮੇਰੇ ਕੋਲ ਕੁਛ ਰਹਿ ਗਿਆ ਹੋਵੇ ਮੈਂ ਉਹਦੀ ਮਾਫੀ ਮੰਗਣਾ। ਅੱਜ ਦੇ ਦਿਨ ਦੀ ਮੈਂ ਉਹਨਾਂ ਕਹਾਂਗਾ, ਭਾਰਤ ਮਾਤਾ ਕੀ। ਦਾ ਗਲੋਬਲ ਇੰਸਟੀਚਿਊਟ ਫੋਰ ਚਾਈਲਡਹੁੱਡ ਡਿਸਏਬਿਲਟੀ ਵੱਲੋਂ ਜਿਹੜਾ ਕਿ ਇਹ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਸਾਬਕਾ ਡਿਪਟੀ ਸੀ ਐਮ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ, ਅਤੇ ਉਹਨਾਂ ਨੇ ਆਖਿਆ ਵੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਆਜ਼ਾਦ ਹੋਇਆ, ਅਤੇ ਇਸ ਆਜ਼ਾਦੀ ਨੂੰ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਕੈਮਰਾ ਪਰਸਨ ਰਿਪਨ ਸ਼ਰਮਾ ਨਾਲ ਸਿਕੰਦਰ ਬਸਰੀਚਾ, ਜਾਨੀ ਕ੍ਰੀਏਟਿਵ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।